ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਨਰੋ ਪਰਿਵਾਰ ਦੀ ਸਤੀ ਮਾਤਾ ਦਾ ਮੇਲ ਜੋ ਕਿ ਪਿੰਡ ਹਠੂਰ ਰਾਏਕੋਟ ਦੇ ਕੋਲ ਹੈ, ਇਸ ਦੇ ਵਿੱਚ ਲੱਗਿਆ, ਜਿਸ ਵਿੱਚ ਬੜੀ ਸੰਖਿਆ ਦੇ ਵਿੱਚ ਦੂਰ ਦੁਰਾਡੇ ਤੋਂ ਮੈਨਰੋ ਪਰਿਵਾਰ ਦੇ ਮੈਂਬਰ ਇਸ ਸਤੀ ਮਾਤਾ ਦੇ ਦਰਬਾਰ 'ਤੇ ਪਹੁੰਚੇ ਅਤੇ ਉਹਨਾਂ ਨੇ ਇੱਥੇ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਸਾਰਿਆਂ ਨੇ ਮਨੋਕਾਮਨਾ ਮੰਗੀ, ਮਾਂ ਦੇ ਚਰਨਾਂ 'ਚ ਬੈਠ ਕੇ ਸਭ ਨੇ ਬੇਨਤੀ ਕੀਤੀ। ਇੱਕ ਮੰਚ 'ਤੇ ਮੈਂਡਰੋ ਪਰਿਵਾਰ ਦੇ ਇਕੱਠੇ ਹੋਣ ਨਾਲ ਅੱਜ ਇੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਵੀ ਲਗਾਇਆ ਗਿਆ। ਹਾਂਜੀ, ਮਤਲਬ ਕੀ ਕਹਿਣਾ ਚਾਹੁੰਦੇ ਹੋ ਸਤੀ ਮਾਤਾ 'ਤੇ ਅੱਜ ਮੇਲਾ ਲੱਗਿਆ? ਸਤੀ ਮਾਤਾ 'ਤੇ ਆਉਣ ਵਾਲੇ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਕਹਿੰਦਾ ਜੀ। ਸਾਰੇ ਪਰਿਵਾਰਾਂ ਦੇ ਇਕੱਠੇ ਹੋਣ 'ਤੇ ਬਹੁਤ ਬਹੁਤ ਵਧਾਈ। ਸਾਰੇ ਪਰਿਵਾਰ ਅੱਗੇ ਨੂੰ ਵੀ ਇਕੱਠੇ ਹੋਣ ਇਹ ਬੇਨਤੀ ਕਰਦਾ। ਸਾਰੇ ਪਰਿਵਾਰ ਇਕੱਠੇ ਹੋਏ ਨੇ, ਇਹਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਹਾਂਜੀ, ਇਹ ਜੀ ਸਾਡੇ ਆਪਣੇ ਪੁਰਾਣੇ ਬਜ਼ੁਰਗਾਂ ਦੀ ਜਗ੍ਹਾ ਵਾ, ਜਿਹੜੀ ਆਪਣੇ ਸਾਰੇ ਪਰਿਵਾਰ ਇਕੱਠੇ ਹੋ ਕੇ ਜਿਹੜੇ ਇਸ ਜਗ੍ਹਾ ਨੂੰ ਇੱਕ ਜਗ੍ਹਾ ਸਾਰੇ ਪਰਿਵਾਰ ਇਕੱਠੇ ਹੋਏ ਆ, ਉਹਨਾਂ ਨੂੰ ਲੱਖ ਲੱਖ ਵਧਾਈ ਹੋ। ਹਾਂਜੀ, ਬੋਲ ਦਿਓ, ਕੋਈ ਨਹੀਂ ਤੁਸੀਂ। ਹਾਂਜੀ, ਨਮਸਕਾਰ ਜੀ ਸਾਰਿਆਂ ਨੂੰ, ਸਤੀ ਮਾਤਾ ਦੀ ਜੀ। ਦੇਖੋ ਆਹ ਆਪਾਂ ਨੇ ਸਤੀ ਮਾਤਾ ਦਾ ਇੰਨਾ ਵਧੀਆ ਫੰਕਸ਼ਨ ਹੋਇਆ। ਸਤੀ ਮਾਤਾ ਸਭ ਦੇ ਸਾਰੇ ਪਰਿਵਾਰਾਂ 'ਤੇ ਕਿਰਪਾ ਦੀ ਦ੍ਰਿਸ਼ਟੀ ਬਣਾ ਕੇ ਰੱਖੇ, ਸਭ ਨੂੰ ਅਸ਼ੀਰਵਾਦ ਦੇਵੇ, ਸਭ ਦਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਇਹੀ ਬਸ ਕਹਿੰਦੇ ਹੋਏ ਜੈ ਸਤੀ ਮਾਤਾ। ਸਾਰੇ ਸਾਡੇ ਜਿੰਨੇ ਵੀ ਮੈਂਡਰੋ ਪਰਿਵਾਰ ਇਹ ਵੀਡੀਓ ਦੇਖ ਰਹੇ ਨੇ, ਸਾਡੀ ਜੋ ਅਸਲੀ ਸਤੀ ਮਾਤਾ ਦਾ ਹੈ ਦਰਬਾਰ, ਉਹ ਪਿੰਡ ਅਠੂਰ ਰਾਏਕੋਟ ਦੇ ਕੋਲ ਹੈ, ਜਿੱਥੇ ਸਤੀ ਮਾਤਾ ਜਿਹੜੇ ਹੈ ਇਸ ਪਿੰਡ ਦੇ ਵਿੱਚ ਸੀਗੇ। ਉਸ ਤੋਂ ਬਾਅਦ ਅਲੱਗ ਅਲੱਗ ਜਗ੍ਹਾ ਦੇ ਉੱਪਰ ਵੀ ਸਤੀ ਮਾਤਾ ਦਾ ਜਿਹੜਾ ਹੈ ਪੂਜਾ ਕੀਤੀ ਜਾਂਦੀ ਹੈ, ਪਰ ਅੱਜ ਜੋ ਅਸਲੀ ਸਤੀ ਮਾਤਾ ਮੈਂਡਰੋ ਪਰਿਵਾਰ ਦੀ ਹੈ, ਤੁਸੀਂ ਮੇਰੀ ਬਿਲਕੁਲ ਬੈਕ ਸਾਈਡ 'ਤੇ ਦੇਖ ਲਿਓ, ਬੜਾ ਖੂਬਸੂਰਤ ਜਿਹੜਾ ਹੈ ਸਤੀ ਮਾਤਾ ਦਾ ਮੰਦਰ ਵੀ ਬਣ ਚੁੱਕਿਆ ਹੈ, ਔਰ ਭਗਤ ਪੰਜਾਬ ਭਰ ਤੋਂ ਇੱਥੇ ਮੱਥਾ ਟੇਕਣ ਲਈ ਆਉਂਦੇ ਨੇ। ਅੱਜ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸਤੀ ਮਾਤਾ ਦੇ ਮੈਂਡਰੋ ਸਤੀ ਮਾਤਾ ਦੇ ਬਿਲਕੁਲ ਸਾਹਮਣੇ ਹੀ ਜਿਹੜਾ ਹੈ ਜੋਸ਼ੀ ਮੱਠ ਹੈ, ਇੱਥੇ ਵੀ ਪੰਜਾਬ ਭਰ ਤੋਂ ਜਿਹੜੇ ਜੋਸ਼ੀ ਪਰਿਵਾਰ ਨੇ ਉਹ ਵੀ ਇੱਥੇ ਮੱਥਾ ਟੇਕਣ ਆਉਂਦੇ ਨੇ।